ਨਸ਼ੇੜੀ ਦੇ ਵੱਲੋਂ ਪੁਲਿਸ ਦੀ ਟੀਮ ਤੇ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਪੁਲਿਸ ਦੇ 3 ਮੁਲਾਜ਼ਮ ਸਣੇ ਥਾਣੇਦਾਰ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਚਿੱਟੇ ਦੇ ਨਾਲ ਰੱਜੇ ਹੋਏ ਇੱਕ ਨਸ਼ੇੜੀ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਦਾ ਅਸਲਾ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਧੱਕਾ ਮੁੱਕੀ ਮੌਕੇ ਮੈਗਜ਼ੀਨ ਥੱਲੇ ਡਿੱਗ ਪਿਆ ਔਰ ਉਸ ਨਸ਼ੇੜੀ ਨੇ ਮੈਗਜ਼ੀਨ ਦੇ ਨਾਲ ਇਸ ਪੁਲਿਸ ਦੇ ਮੁਲਾਜ਼ਮ ਦੇ ਸਿਰ ਤੇ ਹਮਲਾ ਕੀਤਾ। ਥਾਣੇਦਾਰ ਸਣੇ ASI ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਦੱਸ ਦਈਏ ਕਿ SHO ਦੇ ਕਹਿਣ ਤੇ ਪੁਲਿਸ ਦੀ ਟੀਮ ਇਸ ਨਸ਼ੇੜੀ ਨੂੰ ਗ੍ਰਿਫਤਾਰ ਕਰਨ ਦੇ ਲਈ ਗਈ ਸੀ ਤਾਂ ਇਹ ਚਿੱਟਾ ਪੀ ਰਿਹਾ ਸੀ। ਜਦੋਂ ਪੁਲਿਸ ਨੇ ਨਸ਼ੇੜੀ ਨੂੰ ਜਾਣ ਲਈ ਕਿਹਾ ਤਾਂ ਉਸਦੇ ਵੱਲੋਂ ਪੁਲਿਸ ਟੀਮ ਤੇ ਹਮਲਾ ਕੀਤਾ ਗਿਆ। ਬਠਿੰਡਾ ਦੀ ਬੀੜ ਤਲਾਬ ਬਸਤੀ ਦਾ ਇਹ ਪੂਰਾ ਮਾਮਲਾ ਹੈ। ਪੁਲਿਸ ਦੇ ਨਾਲ ਧੱਕਾ ਮੁੱਕੀ ਕੀਤੀ ਗਈ। ਥਾਣੇਦਾਰ ਸਣੇ ASI ਅਤੇ ਹੋਰ ਪੁਲਿਸ ਦੇ ਮੁਲਾਜ਼ਮ ਜ਼ਖਮੀ ਹੋਏ ਨੇ, ਜਦੋਂ ਇਸ ਨਸ਼ੇੜੀ ਦੇ ਵੱਲੋਂ ਹਮਲਾ ਕੀਤਾ ਗਿਆ। ਇੱਥੋਂ ਤੱਕ ਕਿ ਇਕੱਲੇ ਨੇ ਹੀ ਗੱਡੀ ਦੀ ਭੰਨ ਤੋੜ ਵੀ ਕੀਤੀ ਹੈ। ਤਾਂ ਚਿੱਟੇ ਦੇ ਨਾਲ ਰੱਜੇ ਹੋਏ ਇੱਕ ਨਸ਼ੇੜੀ ਦੇ ਵੱਲੋਂ ਇਹ ਕਾਰਨਾਮਾ ਕੀਤਾ ਗਿਆ। ਜਿਹੜੇ ਮੁਲਾਜ਼ਮ ਉਸ ਨੂੰ ਗ੍ਰਿਫਤਾਰ ਕਰਨ ਗਏ ਸੀ ਉਹਨਾਂ ਤੇ ਹੀ ਹਮਲਾ ਕੀਤਾ ਗਿਆ। ਮੈਗਜ਼ੀਨ ਖੋ ਕੇ ਸਿਰ ਦੇ ਵਿੱਚ ਮਾਰੀ ਗਈ ਤਾਂ ਪੁਲਿਸ ਮੁਲਾਜ਼ਮਾਂ ਦੇ ਸੱਟਾਂ ਲੱਗੀਆਂ ਨੇ, ਸਿਰ ਤੇ ਸੱਟਾਂ ਲੱਗੀਆਂ ਨੇ। ਹਸਪੀਟਲ ਦੇ ਵਿੱਚ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ। ਬਠਿੰਡਾ ਦੀ ਬੀੜ ਤਲਾਬ ਬਸਤੀ ਦਾ ਇਹ ਪੂਰਾ ਮਾਮਲਾ ਹੈ। ਸਾਨੂੰ ਇੱਧਰੋਂ ਰਾਤੀ SHO ਸਾਹਿਬ ਨੇ ਮਤਲਬ ਬੰਦੇ ਭੇਜੇ ਸੀ ਚਿੱਟਾ ਜ਼ਿਆਦਾ ਅਤੇ ਹਰੇਕ ਨੂੰ ਤੰਗ ਕਰਦਾ, ਲੁੱਟ ਖੋਹਾ ਕਰਦਾ ਬੰਦਾ, ਉਹਨੂੰ ਫੜਨ ਲਈ। ਸੁਬਹਾ ਸਾਨੂੰ ਫਿਰ SHO ਸਾਹਿਬ ਨੇ ਕਿਹਾ ਵੀ ਬੰਦੇ ਨੂੰ ਆਪਾਂ ਗ੍ਰਿਫਤਾਰ ਕਰਨਾ, ਮਤਲਬ ਕਿ ਇਹ ਬਹੁਤ ਮਤਲਬ ਤੰਗ ਕਰਦਾ, ਪਬਲਿਕ ਲੁੱਟਾਂ ਕਰਦਾ ਅਤੇ ਚਿੱਟਾ ਜ਼ਿਆਦਾ ਕਰਦਾ। ਫਿਰ ਕੀ ਹੋਇਆ? ਫਿਰ ਅਸੀਂ ਕਰੀਬ 5 ਵਜੇ ਸਾਨੂੰ ਪਤਾ ਲੱਗਿਆ ਵੀ ਬੰਦਾ ਇੱਥੇ ਬੈਠਾ। ਕਿਹੜੀ ਜਗ੍ਹਾ 'ਤੇ? ਬੀੜ ਤਲਾਬ। ਅੱਛਾ, ਬਸਤੀ ਨੰਬਰ 2। ਫਿਰ ਜੀ? ਫਿਰ ਅਸੀਂ 3 ਗਏ, ਮਤਲਬ ਇੱਕ ਘਰ ਬੈਠਾ ਚਿੱਟਾ ਪੀ ਰਿਹਾ ਸੀ, ਉਹਨੂੰ ਕਿਹਾ ਵੀ ਤੁਸੀਂ ਆ ਸਾਡੇ ਨਾਲ ਚੱਲੋ, ਅਤੇ ਉਹ ਸਾਡੇ ਚੱਲਣ ਦੀ ਨਾਗਪੁਰ ਦੀ ਬਜਾਏ ਸਾਡੇ ਗਲ ਪੈ ਗਿਆ ਅਤੇ ਅਸਲਾ ਖੋਹਣ ਦੀ ਕੋਸ਼ਿਸ਼ ਕੀਤੀ। ਫਿਰ ਅਤੇ ਜਦੋਂ ਉਹਨੇ ਅਸਲਾ ਨੂੰ ਹੱਥ ਪਾਲਿਆ, ਇਹਨੇ ਸਾਰੇ ਅਸੀਂ ਗੁੱਤ ਬੁੱਤੀ ਹੋਏ ਸਾਡੇ ਨਾਲ ਕਾਫੀ ਚਿਰ ਉਹ, ਅਤੇ ਫਿਰ ਉਹਨੇ ਸਾਡੇ ਅਸਲਾ ਖੋਹਣ 'ਤੇ ਜਦੋਂ ਅਸੀਂ ਫਿਰ ਉਹਨੇ ਮੈਗਜ਼ੀਨ ਕੁਦਰਤੀ ਉੱਤਰ ਗਿਆ ਕਾਰਨ ਤੋਂ। ਅੱਛਾ। ਅਤੇ ਉਹ ਮੈਗਜ਼ੀਨ ਉਹਨੇ ਫੜ ਕੇ ਮਤਲਬ ਕਿ ਮਾਰਦੀ ਨੀਂਹ ਦੇ ਨਾਲ ਮੇਰੇ ਸਿਰ 'ਚ ਮਾਰ। ਕਿੰਨੇ ਜਾਣੇ ਜ਼ਖਮੀ ਹੋ ਤੁਸੀਂ? ਅਸੀਂ 3 ਜਣਾ, ਜ਼ਿਆਦਾ ਮੇਰੇ ਸੱਟ ਹੈ ਅਤੇ ਹਰਦੀਪ ਦੇ ਵੀ ਬਹੁਤ ਸੱਟ ਲੱਗੀ ਹੈ ਅਤੇ ਇਕੱਲੇ ਹੀ ਬੰਦਾ ਗਗਨਪ੍ਰੀਤ ਦੇ। ਹਾਂ, ਉਹ ਇਕੱਲਾ ਹੀ ਸੀ ਨਸ਼ੇ ਦੇ ਬਹੁਤ। ਉਹ ਫਰਾਰ ਹੋ ਗਿਆ ਕਿ ਫੜ ਲਿਆ? ਫੜ ਲਿਆ। ਕਿੱਥੇ ਲੈਂਦਾ ਹੁਣ? ਹੁਣ SHO ਸਦਰ ਦੇ ਹਵਾਲੇ ਕਰਦੇ। ਅਸੀਂ ਬੀੜ ਤਲਾਬ ਬਸਤੀ ਨੰਬਰ 2 'ਚ ਗਏ ਸੀ ਜੀ। ਸਾਨੂੰ SHO ਸਾਹਿਬ ਨੇ ਕਿਹਾ ਸੀ ਵੀ ਇਹ ਬੰਦਾ ਕ੍ਰਿਮੀਨਲ ਆ, ਉਹਨਾਂ ਦੀ ਪੁਲਿਸ ਪਾਰਟੀ 'ਤੇ ਵੀ ਹਮਲਾ ਕੀਤਾ ਸੀ ਇਹਨੇ। ਅਸੀਂ ਜਦੋਂ ਉੱਥੇ ਗਏ ਸਾਨੂੰ ਪਤਾ ਲੱਗਿਆ ਵੀ ਉਹ ਕਿਸੇ ਦੇ ਘਰ ਬੈਠਾ ਚਿੱਟਾ ਲਾ ਰਿਹਾ। ਇੱਕ ਹੀ ਉਹਨਾਂ ਦੇ ਕਮਰਾ ਸੀ, ਇੱਕ ਕਮਰੇ ਦੇ ਵਿੱਚ 3 ਜਣੇ ਚਿੱਟਾ ਲਾ ਰਹੇ ਸੀ। ਜਦੋਂ ਇਹਨੂੰ ਪੁੱਛਿਆ ਵੀ ਤੂੰ ਕੌਣ ਹੈ ਵੀ ਤੇਰਾ ਨਾਂ ਹੈ, ਇਹ ਨਹੀਂ ਮੰਨਿਆ। ਸਾਨੂੰ ਸ਼ੱਕ ਦੇ ਆਧਾਰ 'ਤੇ ਪਤਾ ਲੱਗ ਗਿਆ ਵੀ ਇਹਦੇ ਜ਼ਖਮ ਸੀਗਾ ਪੈਰ 'ਤੇ, ਵੀ ਇਹ ਉਹੀ ਬੰਦਾ। ਅਸੀਂ ਜਦੋਂ ਇਹਨੂੰ ਕਾਬੂ ਕਰਕੇ ਗਲੀ 'ਚ ਲਿਆਂਦਾ ਤਾਂ ਇਹ ਸਾਡੇ ਨਾਲ ਹੱਥੋਂ ਪਈ ਹੋਣ। ਚਲੋ, ਅਸੀਂ ਫਿਰ ਵੀ ਇਹਨੂੰ ਪਿਆਰ ਨਾਲ ਕਿਹਾ ਵੀ ਤੂੰ ਬਹਿ ਜਾ ਸਾਡੇ ਨਾਲ ਸਿੰਧੂ, ਵੀ ਤੈਨੂੰ ਥਾਣੇ ਲੈ ਕੇ ਜਾਣਾ, ਠੀਕ ਹੈ? ਕਿਉਂਕਿ ਰਾਤ ਇਹਨੇ ਵਾਰਦਾਤ ਕੀਤੀ ਸੀ ਮੁਲਾਜ਼ਮਾਂ ਨਾਲ, ਇਹਨੂੰ ਪਤਾ ਸੀ ਵੀ ਥਾਣੇ ਲੈ ਕੇ ਜਾਣਾ। ਫਿਰ ਜਦੋਂ ਗੱਡੀ ਕੋਲ ਆ ਕੇ ਗੱਡੀ 'ਚ ਬੈਠਣ ਲੱਗੀ, ਗੱਡੀ 'ਤੇ ਵੀ ਲੱਤਾਂ ਮਾਰੀਆਂ, ਸਾਡੇ ਆ ਬਟਨ ਵੀ ਤੋੜਤੇ,
ਠੀਕ ਹੈ, ਹਰਦੀਪ ਦੇ ਵੀ ਸੱਟ ਵੱਜੀ ਹੈ। ਬਾਅਦ 'ਚ ਥਾਣੇਦਾਰ ਸਾਹਿਬ ਸਾਈਡ 'ਤੇ ਖੜ੍ਹੇ ਸੀ ਅਤੇ ਸਾਨੂੰ ਧੱਕ ਕੇ ਅਤੇ ਅਸਲੇ ਨੂੰ ਪੈ ਗਏ। ਅਸਲੇ ਨੂੰ ਜਦੋਂ ਪਿਆ ਥਾਣੇਦਾਰ ਸਾਹਿਬ ਨੇ ਮੈਗਜ਼ੀਨ ਲਾ ਲਿਆ ਵੀ ਫੈਰਨਾ, ਫਿਰ ਉਦੋਂ ਬਾਅਦ ਮੈਗਜ਼ੀਨ ਖੋਹ ਕੇ ਥਾਣੇਦਾਰ ਸਾਹਿਬ ਦੇ ਸਿਰ 'ਤੇ ਮਾਰਿਆ, ਫਿਰ ਉਦੋਂ ਬਾਅਦ ਤੋਂ ਵਾਪਸ ਮੈਗਜ਼ੀਨ ਖੋਹਿਆ ਅਸੀਂ, ਫਿਰ ਮੋਢੇ 'ਤੇ ਹੀ ਵਾਰ ਕੀਤਾ ਇਹਨੇ ASI ਜਲੰਧਰ ਸਿੰਘ 'ਤੇ। ਮੋਢੇ 'ਤੇ ਵਾਰ ਕਰਨ ਤੋਂ ਬਾਅਦ ਜਦੋਂ ਇਹਨੂੰ ਕਿਹਾ, ਫਿਰ SHO ਸਾਹਿਬ ਨੂੰ ਕਾਲ ਕੀਤੀ ਵੀ ਤੁਸੀਂ ਆਓ ਮੌਕੇ 'ਤੇ, ਵੀ ਇਹ ਨਹੀਂ ਮੰਨਦਾ। ਫਿਰ ਜਦੋਂ SHO ਸਾਹਿਬ ਮੌਕੇ 'ਤੇ ਆਏ, ਇਹ ਅਸਲੀ ਨਾਲ ਫਾਇਰ ਕਰਨ ਦੀ ਵੀ ਕੋਸ਼ਿਸ਼ ਕਰਦਾ ਸੀ ਮੈਗਜ਼ੀਨ ਲਾ ਕੇ ਤੁਹਾਡੇ ਵਾਲੇ ਨਾਲ, ਸਾਡੇ 'ਤੇ ਤੁਹਾਡੇ ਅਸਲੇ ਜੋ ਸਾਡੇ ਕੋਲ ਅਸਲਾ ਸੀ ਕਾਰਬਾਈਨ, ਉਹਦੇ 'ਤੇ ਉਹਦੇ ਨਾਲ ਫਾਇਰ ਕਰਨ ਦੀ ਕੋਸ਼ਿਸ਼ ਕਰਦਾ। ਹੁਣ ਕਿੱਥੇ ਲੈਂਦਾ ਇਹਨੂੰ? ਉਹ SHO ਸਦਰ